ਅਮਰੀਕਾ ਦੇ ਗੁਰਦੁਆਰੇ ਪਾਠ ਸੁਣਦੇ ਹੀ ਕੁੜੀ ਦੀ ਮੌਤ। ਮਰਦੇ ਕਹੀ ਐਸੀ ਗੱਲ ਸੁਣ ਕੇ ਗ੍ਰੰਥੀ ਵੀ ਬੇਹੋਸ਼, ਸੰਗਤ ਘਬਰਾਈ। ਬਾਹਰ ਰਹਿੰਦੇ ਸਿੱਖ ਜ਼ਰੂਰ ਵੇਖਣ ਵੀਡੀਓ। ਆਪਣਾ ਕੰਮ ਕਰਕੇ ਨਵਦੀਪ ਕੌਰ ਦਿੱਲੀ ਤੋਂ ਪੰਜਾਬ ਆਪਣੇ ਘਰ ਵਾਪਸ ਆ ਰਹੀ ਸੀ। ਇਸ ਦੌਰਾਨ ਉਸਦੀ ਕਾਰ ਦਾ ਭਿਆਨਕ ਐਕਸੀਡੈਂਟ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਨਵਦੀਪ ਕੌਰ ਨੂੰ ਕਾਰ ਦੇ ਹਿੱਸਿਆਂ ਨੂੰ ਕੱਟ ਕੇ ਬਾਹਰ ਕੱਢਣਾ ਪਿਆ ਅਤੇ ਬਾਅਦ ਵਿੱਚ ਹਸਪੀਟਲ ਲਿਜਾਇਆ ਗਿਆ। ਨਵਦੀਪ ਦੀ ਹਾਲਤ ਦੇਖ ਕੇ ਤਾਂ ਇੰਜ ਲੱਗਦਾ ਰਿਹਾ ਕਿ ਜਿਵੇਂ ਉਹ ਨਹੀਂ ਬਚੇਗੀ, ਪਰ ਉਸਦਾ ਇਲਾਜ ਕਰਵਾਇਆ ਗਿਆ, ਜਿਸ ਤੋਂ ਬਾਅਦ ਨਵਦੀਪ ਕੌਰ ਦੀ ਜਾਨ ਤਾਂ ਬਚ ਗਈ ਪਰ ਉਸਦੀ ਲੱਤ ਕੱਟਣੀ ਪਈ। ਆਲਮ ਤਾਂ ਇਹ ਸੀ ਕਿ ਨਵਦੀਪ ਕੌਰ ਨਾ ਤਾਂ ਹੁਣ ਚੱਲ ਸਕਦੀ ਸੀ ਤੇ ਨਾ ਹੀ ਹੁਣ ਬੈਠ ਸਕਦੀ ਸੀ। ਅਮਰੀਕਾ ਦੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਨੇ ਦੱਸਿਆ ਕਿ ਨਵਦੀਪ ਦੇ ਪਿਤਾ ਸਰਕਾਰੀ ਨੌਕਰ ਸੀ, ਉਸਦੀ ਮਾਂ ਇੱਕ ਲੰਬੀ ਬਿਮਾਰੀ ਤੋਂ ਬਾਅਦ ਚੱਲ ਵਸੀ, ਜਿਸ ਤੋਂ ਬਾਅਦ ਨਵਦੀਪ ਦੇ ਪਿਤਾ ਸਵਰਨ ਸਿੰਘ ਨੇ ਉਸਦੀ ਪਰਵਰਿਸ਼ ਕੀਤੀ। ਰਿਸ਼ਤੇਦਾਰਾਂ ਦੇ ਕਹਿਣ ਦੇ ਉੱਤੇ ਉਸਦੇ ਪਿਤਾ ਨੇ ਦੂਸਰਾ ਵਿਆਹ ਕਰਵਾਇਆ ਤੇ ਦੂਸਰੀ ਪਤਨੀ ਨੇ ਨਵਦੀਪ ਕੌਰ ਨੂੰ ਮਾਂ ਵਾਲਾ ਪਿਆਰ ਹੀ ਦਿੱਤਾ। ਸਮਾਂ ਲੰਘ ਗਿਆ ਤੇ ਸਵਰਨ ਸਿੰਘ ਦੀ ਦੂਸਰੀ ਪਤਨੀ ਦੇ ਵੀ ਬੱਚਾ ਹੋਣ ਵਾਲਾ ਸੀ, ਪਰ ਕਿਸੇ ਕਾਰਨਾਂ ਕਰਕੇ ਬੱਚਾ ਹੋਣ ਤੋਂ ਪਹਿਲਾਂ ਹੀ ਸਵਰਨ ਸਿੰਘ ਦੀ ਦੂਸਰੀ ਪਤਨੀ ਦੀ ਵੀ ਮੌਤ ਹੋ ਗਈ ਅਤੇ ਉਸਦਾ ਬੱਚਾ ਵੀ ਨਾਲ ਹੀ ਮਰ ਗਿਆ। ਹੁਣ ਨਵਦੀਪ ਕੌਰ ਦਾ ਇੰਨਾ ਭਿਆਨਕ ਐਕਸੀਡੈਂਟ ਹੋ ਗਿਆ ਸੀ ਅਤੇ ਉਸਦੇ ਪਿਤਾ ਸਵਰਨ ਸਿੰਘ ਨੇ ਹੀ ਉਸਦੀ ਦੇਖਭਾਲ ਕੀਤੀ। ਬਹੁਤ ਮੁਸ਼ਕਿਲਾਂ ਤੋਂ ਬਾਅਦ ਨਵਦੀਪ ਦਾ ਕਰੀਅਰ ਬਣਿਆ ਸੀ ਅਤੇ ਹੁਣ ਉਹ ਸਮਾਂ ਆ ਚੁੱਕਿਆ ਸੀ ਕਿ ਨਵਦੀਪ ਕੌਰ ਚੰਗੀ ਤਰ੍ਹਾਂ ਬੈਠ ਵੀ ਨਹੀਂ ਸਕਦੀ ਸੀ। ਨਵਦੀਪ ਦਾ ਪਰਿਵਾਰ ਹੁਣ ਕਾਫੀ ਤੰਗੀ ਕੱਟ ਰਿਹਾ ਸੀ, ਪਰ ਪਰਮਾਤਮਾ ਦੇ ਰੰਗਾਂ ਨੂੰ ਕੋਈ ਸਮਝ ਨਹੀਂ ਸਕਦਾ। ਨਵਦੀਪ ਦਾ ਇੱਕੋ ਇੱਕ ਸਹਾਰਾ ਉਸਦਾ ਪਿਤਾ ਇੱਕ ਦਿਨ ਰਸੋਈ ਦੇ ਵਿੱਚ ਕੰਮ ਕਰ ਰਿਹਾ ਸੀ, ਅਚਾਨਕ ਹੀ ਡਿੱਗ ਗਿਆ, ਜਿਸ ਤੋਂ ਬਾਅਦ ਉਹ ਵੀ ਜਹਾਨ ਤੋਂ ਤੁਰ ਗਿਆ। ਹੁਣ ਨਵਦੀਪ ਕੌਰ ਇਕੱਲੀ ਰਹਿ ਚੁੱਕੀ ਸੀ। ਨਵਦੀਪ ਦੇ ਰਿਸ਼ਤੇਦਾਰਾਂ ਨੇ ਉਸਨੂੰ ਸੰਭਾਲ ਲਿਆ, ਪਰ ਉਸਦੀ ਸਾਂਭ ਸੰਭਾਲ ਬਹੁਤ ਹੀ ਮੁਸ਼ਕਿਲ ਸੀ। ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ ਰਹਿੰਦਾ ਨਵਦੀਪ ਦਾ ਮਾਮਾ ਭਾਰਤ ਆਇਆ ਅਤੇ 3 ਮਹੀਨਿਆਂ ਦੇ ਵਿੱਚ ਹੀ ਉਸਨੂੰ ਅਮਰੀਕਾ ਲੈ ਕੇ ਗਿਆ। ਨਵਦੀਪ ਦੇ ਮਾਮੇ ਨੇ ਅਮਰੀਕਾ ਦੇ ਵਿੱਚ ਇੱਕ ਅੰਗਰੇਜ਼ ਔਰਤ ਨਾਲ ਵਿਆਹ ਕਰਾਇਆ ਹੋਇਆ ਸੀ ਅਤੇ ਘਰ ਦੇ ਵਿੱਚ ਨਵਦੀਪ ਦੀ ਮੌਜੂਦਗੀ ਉਸਦੀ ਮਾਮੀ ਨੂੰ ਪਸੰਦ ਨਹੀਂ ਸੀ। ਫਿਰ ਵੀ ਉਸਦਾ ਮਾਮਾ ਨਵਦੀਪ ਦਾ ਇਲਾਜ ਕਰਾਉਂਦਾ, ਪਰ ਜਦੋਂ ਉਸਦਾ ਮਾਮਾ ਕੰਮ ਤੇ ਚਲਾ ਜਾਂਦਾ ਤਾਂ ਉਸਦੀ ਮਾਮੀ ਉਸਨੂੰ ਧੰਨ ਦਿੰਦੀ ਰਹਿੰਦੀ। ਹੌਲੀ ਹੌਲੀ ਉਸਦੇ ਮਾਮੇ ਨੇ ਉਸਦਾ ਅਜਿਹਾ ਇਲਾਜ ਕਰਵਾਇਆ ਕਿ ਨਵਦੀਪ ਕੌਰ ਬੈਠਣ ਜੋਗੀ ਹੋ ਗਈ ਅਤੇ ਵੀਲ ਚੇਅਰ ਦੇ ਉੱਤੇ ਆਪਣੇ ਆਪ ਹੀ ਘੁੰਮਦੀ ਰਹਿੰਦੀ। ਨਵਦੀਪ ਕੌਰ ਨੇ ਆਪਣੇ ਘਰ ਦੇ ਕੋਲ ਬਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਸ਼ੁਰੂ ਕੀਤਾ, ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਹੈੱਡ ਗ੍ਰੰਥੀ ਹਾਂ। ਜਦੋਂ ਨਵਦੀਪ ਕੌਰ ਗੁਰਦੁਆਰਾ ਸਾਹਿਬ ਆਉਂਦੀ ਤਾਂ ਮੈਨੂੰ ਬੜੇ ਪਿਆਰ ਦੇ ਨਾਲ ਬੁਲਾਉਂਦੀ ਅਤੇ ਉਸ ਸਮੇਂ ਇੱਕ ਹੋਰ ਮੁੰਡਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਰੋਜ਼ ਆਉਂਦਾ। ਨਵਦੀਪ ਕੌਰ ਨੂੰ ਦੇਖਦਾ ਨਵਦੀਪ ਕੌਰ ਦੀ ਜ਼ਿੰਦਗੀ ਬਾਰੇ ਸੁਣ ਕੇ ਉਸਨੂੰ ਬਹੁਤ ਦੁੱਖ ਮਹਿਸੂਸ ਹੋਇਆ। ਉਸ ਲੜਕੇ ਨੇ ਫੈਸਲਾ ਕੀਤਾ ਕਿ ਉਹ ਨਵਦੀਪ ਕੌਰ ਦੇ ਨਾਲ ਵਿਆਹ ਕਰਵਾਏਗਾ ਤੇ ਨਵਦੀਪ ਕੌਰ ਦਾ ਦੁੱਖ ਵੰਡੇਗਾ। ਜਦੋਂ ਉਸਨੇ ਇਸ ਬਾਰੇ ਨਵਦੀਪ ਦੇ ਮਾਮੇ ਦੇ ਨਾਲ ਗੱਲ ਕੀਤੀ ਤਾਂ ਨਵਦੀਪ ਦੇ ਮਾਮੇ ਨੇ ਕਿਹਾ ਕਿ ਕਾਕਾ, ਸ਼ਕਲਾਂ ਦੇ ਨਾਲ ਕੁਝ ਵੀ ਨਹੀਂ ਰੱਖਿਆ, ਨਵਦੀਪ ਚਾਹੇ ਸੋਹਣੀ ਹੈ ਪਰ ਉਸਦੀ ਸਾਂਭ ਸੰਭਾਲ ਕਰਨਾ ਬਹੁਤ ਹੀ ਮੁਸ਼ਕਿਲ ਹੈ। ਕੁਝ ਕੁ ਸਮੇਂ ਬਾਅਦ ਤੈਨੂੰ ਨਵਦੀਪ ਬੋਝ ਲੱਗਣੀ ਸ਼ੁਰੂ ਹੋ ਜਾਵੇਗੀ, ਇੱਕ ਵਾਰੀ ਸੋਚ ਕੇ ਹੀ ਕੋਈ ਫੈਸਲਾ ਲਵੀ। ਉਸ ਲੜਕੇ ਨੇ ਕਿਹਾ ਕਿ ਮੈਂ ਸਾਰੀ ਉਮਰ ਹੀ ਨਵਦੀਪ ਦਾ ਖਿਆਲ ਰੱਖਾਂਗਾ। ਜਿਸ ਤੋਂ ਬਾਅਦ ਨਵਦੀਪ ਤੇ ਉਸਦਾ ਮਾਮਾ ਵਿਆਹ ਦੇ ਲਈ ਰਾਜ਼ੀ ਹੋ ਗਏ। ਇਹ ਸਭ ਗੱਲਾਂ ਗੁਰਦੁਆਰੇ ਦੇ ਵਿੱਚ ਮੇਰੇ ਸਾਹਮਣੇ ਹੀ ਹੋਈਆਂ, ਪਰ ਪਰਮਾਤਮਾ ਦਾ ਭਾਣਾ ਦੇਖੋ, ਇਸ ਗੱਲ ਤੋਂ 4 ਦਿਨਾਂ ਬਾਅਦ ਹੀ ਨਵਦੀਪ ਦੇ ਮਾਮੇ ਦੀ ਵੀ ਮੌਤ ਹੋ ਗਈ। ਉਸਦੀ ਮੌਤ ਸੜਕ ਦੁਰਘਟਨਾ ਦੇ ਵਿੱਚ ਹੋਈ। ਉਸਦੇ ਮਾਮੇ ਦੀ ਮੌਤ ਤੋਂ ਬਾਅਦ ਨਵਦੀਪ ਦੀ ਮਾਮੀ ਨੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ। ਅਜਿਹੀ ਹਾਲਤ ਦੇ ਵਿੱਚ ਨਵਦੀਪ 3 ਦਿਨਾਂ ਦੇ ਲਈ ਸੜਕ ਦੇ ਉੱਤੇ ਹੀ ਪਈ ਰਹੀ। ਨਵਦੀਪ ਚਾਹੁੰਦੀ ਤਾਂ ਉਸ ਲੜਕੇ ਦੇ ਕੋਲ ਜਾ ਸਕਦੀ ਸੀ, ਪਰ ਉਹ ਲੜਕੇ ਦੇ ਉੱਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ। ਇੱਕ ਦਿਨ ਨਵਦੀਪ ਮੈਨੂੰ ਸੜਕ ਦੇ ਕਿਨਾਰੇ ਮਿਲੀ, ਜਿਸ ਤੋਂ ਬਾਅਦ ਮੈਂ ਉਸਨੂੰ ਗੁਰਦੁਆਰਾ ਸਾਹਿਬ ਲਿਆ ਅਤੇ ਇੱਥੇ ਉਸਨੂੰ ਇੱਕ ਕਮਰੇ ਦੇ ਵਿੱਚ ਰੱਖਿਆ। ਮੈਂ ਸੋਚਿਆ ਕਿ ਹੁਣ ਨਵਦੀਪ ਦਾ ਵਿਆਹ ਉਸ ਲੜਕੇ ਦੇ ਨਾਲ ਕਰਵਾ ਦੇਵਾਂਗਾ, ਉਹੀ ਇਸਦਾ ਖਿਆਲ ਰੱਖੇਗਾ, ਪਰ ਬਹੁਤ ਦਿਨਾਂ ਤੋਂ ਲੜਕਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਆ ਰਿਹਾ ਸੀ, ਸੋ ਨਵਦੀਪ ਦਾ ਖਿਆਲ ਮੈਨੂੰ ਹੀ ਰੱਖਣਾ ਪੈ ਰਿਹਾ ਸੀ। ਸ਼ਾਇਦ ਪਰਮਾਤਮਾ ਨੇ ਮੇਰੀ ਸੇਵਾ ਲਗਵਾਈ ਸੀ। ਕੁਝ ਕੁ ਦਿਨਾਂ ਬਾਅਦ ਪਤਾ ਲੱਗਿਆ ਕਿ ਉਹ ਲੜਕਾ ਵੀ ਕੋਰੋਨਾ ਦੇ ਨਾਲ ਮਰ ਚੁੱਕਿਆ, ਜਿਸ ਦੀ ਉਡੀਕ ਮੈਂ ਅਤੇ ਨਵਦੀਪ ਕਰ ਰਹੇ ਸੀ। ਹੁਣ ਇਸ ਨੂੰ ਕੀ ਕਿਹਾ ਜਾ ਸਕਦਾ? ਇਸ ਵੇਲੇ ਤੱਕ ਤਾਂ ਨਵਦੀਪ ਇਕੱਲੀ ਹੋ ਚੁੱਕੀ ਸੀ। ਉਸਦੀ ਜ਼ਿੰਦਗੀ ਦੇ ਵਿੱਚ ਜੋ ਕੋਈ ਵੀ ਆਉਂਦਾ ਉਹ ਮਰਦਾ ਹੀ ਰਿਹਾ,
ਪਰਮਾਤਮਾ ਕੀ ਚਾਹੁੰਦਾ ਸੀ ਕੋਈ ਵੀ ਨਹੀਂ ਜਾਣਦਾ। ਮੈਂ ਆਪਣਾ ਫਰਜ਼ ਸਮਝ ਕੇ ਨਵਦੀਪ ਨੂੰ ਕਿਹਾ ਕਿ ਮੈਂ ਹੀ ਅੱਜ ਤੋਂ ਬਾਅਦ ਤੇਰਾ ਪਿਤਾ ਹਾਂ। ਕੁਝ ਕੁ ਦਿਨਾਂ ਬਾਅਦ ਨਵਦੀਪ ਨੂੰ ਆਪਣੇ ਜ਼ਖਮਾਂ ਵਾਲੀ ਜਗ੍ਹਾ ਉੱਤੇ ਤਕਲੀਫ ਮਹਿਸੂਸ ਹੋਈ। ਮੈਂ ਉਸਨੂੰ ਡਾਕਟਰ ਦੇ ਕੋਲ ਲੈ ਗਿਆ। ਚੈੱਕਅਪ ਤੋਂ ਬਾਅਦ ਪਤਾ ਲੱਗਿਆ ਕਿ ਉਸਦੇ ਜ਼ਖਮਾਂ ਦੇ ਵਿੱਚ ਇਨਫੈਕਸ਼ਨ ਫੈਲ ਚੁੱਕੀ ਹੈ ਅਤੇ ਉਸਦੀ ਇਨਫੈਕਸ਼ਨ ਹੁਣ ਕੈਂਸਰ ਦਾ ਰੂਪ ਲੈ ਚੁੱਕੀ ਹੈ। ਕੈਂਸਰ ਇੰਨਾ ਫੈਲ ਚੁੱਕਿਆ ਕਿ ਹੁਣ ਕੁਝ ਹੀ ਸਮਾਂ ਬਚਿਆ ਨਵਦੀਪ ਦੇ ਕੋਲ। ਹਾਸਪਿਟਲ ਦੇ ਵਿੱਚ ਨਵਦੀਪ ਆਪਣੀ ਜ਼ਿੰਦਗੀ ਬਾਰੇ ਸੋਚਦੀ ਰਹੀ। ਇੱਕ ਦਿਨ ਨਵਦੀਪ ਨੇ ਮੈਨੂੰ ਕਿਹਾ ਕਿ ਬਾਬਾ ਜੀ ਮੇਰੀ ਜ਼ਿੰਦਗੀ ਦਾ ਆਖਰੀ ਸਮਾਂ ਆ ਚੁੱਕਿਆ ਹੈ ਅਤੇ ਮੇਰੇ ਮਨ ਦੇ ਉੱਤੇ ਇੱਕ ਬੋਝ ਹੈ ਜਿਸ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਨਵਦੀਪ ਨੇ ਦੱਸਿਆ ਕਿ ਇੱਕ ਵਾਰ ਮੈਂ, ਮੇਰੇ ਪਿਤਾ ਅਤੇ ਦੂਸਰੀ ਮਾਂ ਜੋ ਕਿ ਉਸ ਵੇਲੇ ਪ੍ਰੈਗਨੈਂਟ ਸੀ ਦਿੱਲੀ ਤੋਂ ਪੰਜਾਬ ਆ ਰਹੇ ਸੀ। ਸਾਡੀ ਗੱਡੀ ਦੇ ਵਿੱਚ ਟਕਰਾ ਕੇ ਇੱਕ ਬੰਦਾ ਜ਼ਖਮੀ ਹੋ ਗਿਆ। ਰਾਤ ਦਾ ਸਮਾਂ ਸੀ ਅਤੇ ਉਹ ਬੰਦਾ ਸੜਕ ਦੇ ਉੱਤੇ ਪਿਆ ਤੜਫ ਰਿਹਾ ਸੀ। ਆਪਾਂ ਬਿਨਾਂ ਕੁਝ ਸੋਚੇ ਸਮਝੇ ਉੱਥੋਂ ਚਲੇ ਗਏ। ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਆਪਣੇ ਪਿਤਾ ਨੂੰ ਕਹਿੰਦੀ ਰਹੀ ਕਿ ਉਸਨੂੰ ਹਾਸਪਿਟਲ ਲੈ ਜਾਂਦੇ ਹਾਂ, ਜੇਕਰ ਆਪਾਂ ਉਸਨੂੰ ਹਾਸਪਿਟਲ ਲੈ ਜਾਂਦੇ ਸ਼ਾਇਦ ਉਹ ਬਚ ਜਾਂਦਾ। ਉਹੀ ਜਗ੍ਹਾ ਸੀ ਜਿੱਥੇ ਮੇਰਾ ਐਕਸੀਡੈਂਟ ਹੋਇਆ ਸੀ। ਅਗਲੇ ਦਿਨ ਆਪਾਂ ਖ਼ਬਰਾਂ ਦੇ ਵਿੱਚ ਦੇਖਿਆ ਕਿ ਮਰਨ ਵਾਲਾ ਬੰਦਾ ਆਪਣੀ ਫਸਲ ਵੇਚ ਕੇ ਆਪਣੇ ਘਰ ਜਾ ਰਿਹਾ ਸੀ। ਉਹ ਆਪਣੇ ਘਰ ਦੇ ਵਿੱਚ ਇਕੱਲਾ ਇਕੱਲਾ ਕਮਾਉਣ ਵਾਲਾ ਸੀ। ਉਸਦੀ ਮੌਤ ਤੋਂ ਬਾਅਦ ਉਸਦੀ ਪਤਨੀ ਤੇ ਦੋ ਬੱਚਿਆਂ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ। ਖ਼ਬਰ ਸੁਣਨ ਤੋਂ ਬਾਅਦ ਹੀ ਮੇਰੀ ਦੂਸਰੀ ਮਾਂ ਜੋ ਕਿ ਉਸ ਵੇਲੇ ਪ੍ਰੈਗਨੈਂਟ ਸੀ ਪਰੇਸ਼ਾਨ ਰਹਿਣ ਲੱਗ ਪਈ। ਇਸੇ ਦੁੱਖ ਤੇ ਤਕਲੀਫ ਦੇ ਵਿੱਚ ਉਹ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਮਰ ਗਈ ਅਤੇ ਹੁਣ ਮੈਨੂੰ ਇਹ ਲੱਗਦਾ ਰਹਿੰਦਾ ਕਿ ਸਾਡੀ ਉਸੇ ਗਲਤੀ ਕਰਕੇ ਮੈਨੂੰ ਇਹ ਸਭ ਕੁਝ ਦੇਖਣਾ ਪਿਆ। ਨਵਦੀਪ ਦੀ ਇਹ ਗੱਲ ਸੁਣ ਕੇ ਮੈਂ ਪਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਕੁਝ ਦੋ ਹਫ਼ਤਿਆਂ ਬਾਅਦ ਹੀ ਨਵਦੀਪ ਨੇ ਉਸੇ ਹਾਸਪਿਟਲ ਦੇ ਵਿੱਚ ਮੇਰੀ ਬਾਹਾਂ ਦੇ ਵਿੱਚ ਦਮ ਤੋੜ ਦਿੱਤਾ। ਹੁਣ ਨਵਦੀਪ ਦੀ ਜ਼ਿੰਦਗੀ ਦਾ ਸਫ਼ਰ ਕਿੱਥੋਂ ਚੱਲਿਆ ਸੀ ਅਤੇ ਕਿੱਥੇ ਆ ਕੇ ਖਤਮ ਹੋ ਗਿਆ। ਮੈਂ ਤੁਹਾਡੇ ਅੱਗੇ ਨਵਦੀਪ ਦੀ ਸਾਰੀ ਜ਼ਿੰਦਗੀ ਦਾ ਸਫ਼ਰ ਬਿਆਨ ਕਰ ਦਿੱਤਾ ਹੈ। ਹੁਣ ਤੁਹਾਨੂੰ ਹੀ ਜਵਾਬ ਦੇਣਾ ਪਵੇਗਾ ਕਿ ਨਵਦੀਪ ਦੇ ਦੁੱਖਾਂ ਦਾ ਕਾਰਨ ਕੀ ਸੀ। ਕਿ ਉਹ ਮਰਿਆ ਹੋਇਆ ਪਰਿਵਾਰ ਸੀ, ਜਾਂ ਫਿਰ ਨਵਦੀਪ ਦੇ ਕਰਮ ਜੋ ਇਸ ਜ਼ਿੰਦਗੀ ਦੇ ਵਿੱਚ ਹੀ ਭੋਗਣੇ ਪੈਂਦੇ ਨੇ, ਜਾਂ ਫਿਰ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਸਭ ਕੁਝ ਇੱਕ ਇਤਫਾਕ ਦੀ ਗੱਲ ਹੈ। ਨਵਦੀਪ ਦੇ ਸਵਾਲਾਂ ਦਾ ਜਵਾਬ ਤੁਸੀਂ ਸੂਝਵਾਨ ਲੋਕ ਹੀ ਦੇ ਸਕਦੇ ਹੋ।